देखो मेरी गल सुनो, हल की गल तो इन्नी है भी पलन तेला कर दी मेला मेला। ड्रोन उड़ावांगे यार, ड्रोन उड़ावांगे, उड़ रहे हैं ना सारे, उड़ रहे हैं ना ड्रोन। मैं क्या ड्रोन उड़ा रहे हैं आम बंदे दे होश उड़ाते। अपने अजनाले सीधी गल का, हाँ जी, अज तो एक महीना पहला तेरा भा जी पंद्रह सौ तो सोलह सौ ठीक है। अज ए मतलब ट्राली जी कोई 4,000 की तार लाना है, तार बाजू लग रही है, आप मतलब सैकड़ा नहीं 4 सैकड़े वाली ट्राली जी है 4,000 की होगी ना, 4 सैकड़े वाली समझो कि ला लो 3200 का होना, 4 सैकड़े 16,000 मतलब जी ट्राली 4,000 की सी, अज 9,000 मिलती नहीं या 10,000 या 11,000 जो मर्जी ला लो, समझ लो कि एको खट चलन दी आ, एक खट चलन दी, अगे चलदी आ, चलो 4-5 खटा चलदी आ, हां डेरा बाबा नानक दे रोड़े आ तारिंग दे सारी मिल के जड़ियां कंस्ट्रक्शन पासू गरीब दे घर खत्म, बिल्कुल ही खत्म होया पिया, समझ जड़ी कॉस्ट है ओदी लोन दी कॉस्ट है ओ, टिकनी है ओके होगी ना अगला की गया वाइट बंदे 25 बिजली, चलो ये जी होना कि आ देख ग्राउंड जीरो है भगवंत मान साहब, आ देख आ मित्रा आ पे कीड़ी रेता, इन कीड़ी रेता कहते हैं, दूजा पसर सैन होंगे कीड़ी रेता, अज तो महीना 2 महीने पहला, डेढ़ महीने पहला ये 1600 1500 1600 सैकड़ा, ठीक है अज 3200 सैकड़ा मित्रा, तो मिलता नहीं पॉलिसी बनाओ जिन्हों पहले दिन तो इंप्लीमेंट कर सको, इंप्लीमेंट किदा होनी है, भाई रेट सप्लाई बंद होगी जदों तुसीं ठेके दिते हुए ने, ठेकेदारी सिस्टम ने मारे सारा कुछ, जो तुम ठेके दिते हुए ने इन्ने एरिए दे उस एरिए च रेता ही है नहीं, दस बई गल सही है, इतना ही है यार खाड इको चलन दी आ, हुण उहदे विच 20 गड्डियां भरनियां ते गड्डी जांदी 180 किलो आंदियां उत्थे, ठीक है ना, 20 गड्डियां भरदियां ना, करदे सी पहला माफिया की करदा है कि खड लैंदा आ 25 ਹੈਕਟੇਅਰ ਵਾਲੀ ਤੇ ਪੁੱਟਦਾ ਦੂਏ ਪਾਸੋਂ, ਕਿਉਂ ਬਾਈ ਇਤਨਾ 2 ਨੰਬਰ ਤੇ ਕੰਮ ਚੱਲ, ਹੁਣ ਇਹਨਾਂ ਨੇ ਇਹ ਬੰਦ ਕਰਤਾ ਤੇ ਉਹ ਦੂਜਾ ਵੀ ਚੱਲ ਰਿਹਾ ਤੇ ਉਹ ਸਪਲਾਈ ਘਟ ਗਈ, ਜਦੋਂ ਤੱਕ ਤੁਸੀਂ ਸਪਲਾਈ ਔਰ ਰੇਟ ਫਿਕਸ ਨਹੀਂ ਕਰੋਗੇ, ਸਪਲਾਈ ਔਰ ਰੇਟ ਫਿਕਸ ਨਹੀਂ ਕਰੋਗੇ ਰੇਤੇ ਦੀਆਂ ਕੀਮਤਾਂ ਠਾਂ ਕਰਦੀਆਂ ਵਜਣਗੀਆਂ, ਔਰ 3 ਮਹੀਨਿਆਂ 'ਚ ਦੇਖੀ ਹਾਲ ਕੀ ਹੋਊਗਾ, ਜੇ ਪਾਲਿਸੀ ਬਣਾ ਕੇ ਇਹਨੂੰ ਪਹਿਲੇ ਦਿਨ ਤੋਂ ਇੰਪਲੀਮੈਂਟ ਨਾ ਕੀਤਾ ਹੁੰਦਾ ਤੇ ਇਹ अराजकता फैलू। एक मिनट, ड्रोन उड़ावांगे यार, ड्रोन उड़ावांगे, उड़ रहे हैं ना सारे, उड़ रहे हैं ना ड्रोन, मैं क्या ड्रोन उड़ा रहे हैं आम बंदे दे होश उड़ाते, तुम ड्रोन उड़ाई जाओ आम बंदे दे होश उड़ गए, भुखे मारते लोग, रुजगार बंद करते, सब कुछ बंद करता, ग्रांटा तक बंद करती, केजरीवाल साहब कहिंदा 20,000 करोड़ रेते चो कढ़ू, दसो तुसीं हुण मैनूं इह गल दसो, दूजी गल मैं बिजली दी कीती है तुहाडे सामने कीती है, ठोक के इत्थे नहीं करन वाली है, ਤੁਸੀਂ ਮੈਨੂੰ ਇਹਨਾਂ ਦੱਸ ਦੇ ਉਹਨੂੰ ਕਹਿ ਕਿ ਤੂੰ 20,000 ਕਰੋੜ ਛੱਡ ਯਾਰ, ਹੈ ਮਤਲਬ ਗੱਪ ਮਾਰਦਾ ਠੀਕ ਠੀਕ ਲਾ ਯਾਰ, ਮਤਲਬ ਚਲੋ ਗੱਪ ਮਾਰਨੀ ਹੁੰਦੀ ਹੈ ਝੂਠ ਮਾਰਨਾ ਹੁੰਦਾ, ਤੂੰ ਤਾਂ ਯਾਰ ਸਰਦਾਰ ਸੁਖਬੀਰ ਸਿੰਘ ਤੋਂ ਵੀ ਉੱਤੇ ਲੰਘਿਆ, ਮਤਲਬ ਤੁਸੀਂ ਸੋਚੋ ਠੀਕ ਠੀਕ ਤਾਂ ਲਾ, ਪਿਛਲੇ ਇੰਨੇ ਸਾਲਾਂ 'ਚੋਂ ਵੱਧ ਤੋਂ ਵੱਧ ਜੇ ਸਰਕਾਰ ਨੇ ਕੱਢਿਆ 300 ਅਤੇ ਮੈਂ ਪਾਲਿਸੀ ਦੱਸੀ ਸੀ ਤੇਲੰਗਾਨਾ ਠੇਕੇਦਾਰੀ ਸਿਸਟਮ ਨੂੰ ਮਿਟਾ ਕੇ ਸਰਕਾਰੀ ਕੰਟਰੋਲ ਲੈ ਕੇ 2400 ਕਰੋੜ ਕਮਾਉਣ ਲੱਗਿਆ ਸੀ, ਪਹਿਲੇ ਸਾਲ ਠੇਕੇਦਾਰੀ 10 ਕਰੋੜ ਅਤੇ 4 ਸਾਲਾਂ ਦੇ ਵਿੱਚ 2400 ਕਰੋੜ ਰੁਪਈਆ, ਅਸੀਂ ਪੰਜਾਬ ਵਾਲੇ ਅਕਾਲੀ ਸਰਕਾਰ 'ਚ 40 ਕਰੋੜ ਰੁਪਈਆ 1 ਸਾਲ ਦਾ ਜਮ੍ਹਾਂ ਕਰਾਉਂਦੇ ਸੀ, ਉਹ 1 ਹਫ਼ਤੇ 'ਚ 47 ਕਰੋੜ ਕਮਾਉਂਦੇ ਸੀ, ਉੱਥੇ 1 ਦਰਿਆ 300 ਕਿਲੋਮੀਟਰ, ਇੱਥੇ 1300 ਕਿਲੋਮੀਟਰ ਅਤੇ 4 ਦਰਿਆ ਜੇ ਘੱਗਰ ਨੂੰ ਵੀ ਲਾਏਗਾ, ਡੀਸਿਲਟਿੰਗ ਵੀ ਹੁੰਦੀ। ਸੋ ਮਿੱਤਰ ਪਿਆਰੇ,
ਸੇਵਾ ਦੇਸ਼ ਦੀ ਜਿੰਦੜੀ ਹੈ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਿੱਖਲੀਆਂ ਨੇ ਪਰ ਸਿੱਧੂ ਸਾਹਿਬ ਕਹਿੰਦੇ ਨੇ ਪਾਲਿਸੀ ਲੈ ਰਿਹਾ 6 ਮਹੀਨੇ ਚ ਬੜਾ ਕੁਝ ਇੰਪਲੀਮੈਂਟ ਮੈਂ ਕਹਿੰਦਾ 6 ਮਹੀਨੇ ਦੀ ਖਾਸ ਕਰਕੇ ਗੱਲ ਮੈਂ ਕਹਿੰਦਾ ਤੂੰ ਜਿੱਦਨ 20000 ਕਰੋੜ ਰੁਪਏ ਕੱਢੂਗਾ ਨਾ ਇਹਦੇ ਚੋਂ ਤੇ 30000 ਕਰੋੜ ਕਹਿੰਦਾ ਸੀ 30000 ਕਰੋੜ ਕਹਿੰਦਾ ਸੀਗਾ ਕਹਿੰਦਾ ਮੈਂ ਕਰਪਸ਼ਨ ਖਤਮ ਕਰਕੇ ਕੱਢੂਗਾ 1,70,000 ਕਰੋੜ ਦਾ ਬਜਟ ਹੈ ਉਹਦੇ ਚ 1,00,000 ਤੋਂ ਉੱਤੇ ਤੇ ਫਿਕਸਡ ਨੇ ਜਿਹੜੇ ਤਨਖਾਹਾਂ ਚ ਜਾਂਦੇ ਆ ਕਰਜ਼ਾ ਮੋੜਨ ਚ ਜਾਂਦੇ ਆ ਤੇ ਬੋਰੋਇੰਗ ਚ ਜਾਂਦੇ ਆ ਤੇ ਠੇਕੇ ਤੂੰ ਬੰਦ ਕਰਦੇ ਕਰਪਸ਼ਨ ਕਿਹੜੀ ਕਮਿਸ਼ਨ ਕਿੱਥੋਂ ਆਣੀ ਹੈ ਤਨਖਾਹਾਂ ਚ ਕਮਿਸ਼ਨ ਜਾਂਦੀ ਹੈ ਫਿਰ ਹੱਲ ਕੀ ਬਣੂਗੀ ਮੈਂ ਕਿਹਾ ਹੱਲ ਦੇਖੋ ਮੇਰੀ ਗੱਲ ਨੂੰ ਸੁਣੋ ਹੱਲ ਦੀ ਗੱਲ ਤੇ ਇੰਨੀ ਹੈ ਵੀ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ ਪੰਜਾਬ ਦਾ ਕੀ ਬਣੂ ਸਿੱਧੂ ਸਾਹਿਬ ਪੰਜਾਬ ਦਾ ਕੀ ਬਣੂ ਤੁਹਾਡੇ ਤੇ ਨਹੀਂ ਕੋਈ ਗੱਲ ਨਹੀਂ ਭਾਜੀ ਪੰਜਾਬ ਦੇ ਮੁੱਖ ਮੰਤਰੀ ਵਾਸਤੇ ਤੇ ਹੈ ਹਾਂਜੀ ਜੀ ਸਦਕੇ ਲੋਕਾਂ ਨੂੰ ਸਹੂਲੀਅਤ ਹੋਣੀ ਚਾਹੀਦੀ ਹੈ ਇਹ ਡਰਾਮੇ ਕਰਨ ਦੇ ਵਿੱਚ ਮੈਂ ਵਿਸ਼ਵਾਸ ਹੀ ਨਹੀਂ ਕਰਦਾ ਪਹਿਲਾਂ ਗੱਡੀ 'ਚ ਚੜ ਗਏ ਰੇਲ ਗੱਡੀ 'ਚ ਕਰੇ ਕੋਈ ਦੂਜੀ ਗੱਡੀ ਦਿਖਾ ਦੇ ਪਰ ਚੌਪਰ ਦਿੱਲੀ ਜਾ ਕੇ ਸੁਪਰੀਮ ਕੋਰਟ ਨੂੰ ਲਿਆਉਣ ਵਾਸਤੇ ਥੋੜ੍ਹਾ ਨਾ ਚੌਪਰ ਇਲੈਕਸ਼ਨਾਂ ਲੜਨ ਵਾਸਤੇ ਥੋੜ੍ਹਾ ਨਾ ਉੱਥੇ ਆਪਦਾ ਪਾਰਟੀ ਦਾ ਖਰਚੋ ਇਹ ਪੰਜਾਬ ਦੇ ਲੋਕਾਂ ਦੇ ਪੈਸੇ ਉੱਥੇ ਠੰਡੀਆਂ ਹਵਾਵਾਂ 'ਚ ਵੋਟਾਂ ਮੰਗਣ ਵਾਸਤੇ ਨੇ ਸਿੱਧੂ ਸਾਹਿਬ ਰੇਤਾ ਰੱਖੀ ਮੁੱਕ ਲੱਗੀ ਹੁਣ ਅਗਲੇ ਹੋ ਗਿਆ ਹੁਣ